ਸੀਰ ਦਿਉਂਗਾ ਵੀ ਯਾਰ ਚੰਗਾ ਵੀ ਹੈਗਾ, ਮੈਂ ਸਾਰਾ ਨਹੀਂ ਕਹਿੰਦਾ ਮਾੜਾ, ਪੰਜੇ ਉਂਗਲਾਂ ਕੁਝ ਨਹੀਂ ਹੈਗੀਆਂ। ਕਿਉਂਕਿ ਦੂਜੀ ਵਾਰੀ ਹੋ ਗਿਆ, ਪਹਿਲਾਂ ਵੀ ਇੱਕ ਗੀਤ 'ਤੇ ਵਿਵਾਦ ਉੱਠਿਆ ਸੀ, ਸੰਤਾਲੀਆਂ ਦਨਾਲੀਆਂ ਲਗਾਉਣ ਰੱਖਤੀ। ਅਸੀਂ ਰਿਸਪੈਕਟ ਕਰਦੇ ਹਾਂ ਚਲੋ ਸਾਰਿਆਂ ਦੀ, ਸਿੱਖ ਧਰਮ ਦੀ ਕਰਦੇ ਹਾਂ, ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਅਤੇ ਲੇਕਿਨ ਚਲੋ ਜੇ ਬੱਚੇ ਤੋਂ ਗਲਤੀ ਹੋ ਗਈ ਪਹਿਲਾਂ ਤਾਂ ਉਹਨੇ ਆਪ ਮਾਫ਼ੀ ਮੰਗ ਲਈ, ਅਤੇ ਅਸੀਂ ਵੀ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ, ਕੋਈ ਗਲਤੀ ਹੋਊ ਅੱਗੇ ਤੋਂ ਗਲਤੀ ਨਹੀਂ ਹੋਊਗੀ। ਫਿਰ ਪਿਛਲੇ ਦਿਨਾਂ ਤੋਂ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਆਏ ਵਿਵਾਦਿਤ ਗੀਤ ਨੇ ਜਿੱਥੇ ਮੂਸੇਵਾਲੇ ਲਈ ਮੁਸ਼ਕਲ ਖੜੀ ਕੀਤੀ ਹੋਈ ਹੈ, ਉੱਥੇ ਹੁਣ ਲੱਖਾ ਸਿਧਾਣਾ ਵੀ ਮੁਸ਼ਕਲ ਖੜੀ ਹੋ ਰਹੀ ਹੈ, ਕਿਉਂਕਿ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਲੱਖਾ ਸਿਧਾਣਾ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਅਸੀਂ ਵੀ ਸਿੱਖ ਧਰਮ ਨੂੰ ਨਾਲ ਹੀ ਸੰਬੰਧਿਤ ਹਾਂ, ਸਿੱਖ ਧਰਮ ਨੂੰ ਮੰਨਦੇ ਹਾਂ, ਅਤੇ ਵੀ ਮਤਲਬ ਅਸੀਂ ਸੁਬਹਾ ਸ਼ਾਮ ਪੂਜਾ ਪਾਠ ਵੀ ਕਰਦੇ ਹਾਂਗੇ, ਸ਼ੁਭ ਦੀ ਪਾਪ ਵੀ ਕਰਦੇ, ਅਸੀਂ ਵੀ ਕਰਦੇ ਹਾਂ, ਅਤੇ ਚਲੋ ਵੀ ਉਹ ਬੇਟੇ ਨੇ ਗਾਣੇ ਦਾ ਸਾਨੂੰ ਜਦੋਂ ਪਤਾ ਲੱਗਿਆ ਬੇਟੇ ਨੇ ਨਾਲ ਦੀ ਨਾਲ ਲਾਈਵ ਹੋ ਕੇ ਮਾਫ਼ੀ ਵੀ ਮੰਗ ਲਈ, ਵੀ ਉਹਨੇ ਇਹ ਵੀ ਕਿਹਾ ਵੀ ਜਿਹੜਾ ਇਹਦੇ ਵਿੱਚ ਤੁਹਾਨੂੰ ਕੋਈ ਗਲਤ ਲੱਗਦਾ ਕੋਈ, ਹੈ ਨਾ, ਵੀ ਉਹ ਅਸੀਂ ਪੈਰੇ ਕੱਟ ਦੇਵਾਂਗੇ। ਬਾਕੀ ਸਰ ਇਹ ਹਜੇ ਇਹ ਅਨਰਿਲੀਜ਼ਡ ਗਾਣਾ ਹੈ, ਇਹ ਤਾਂ ਹਜੇ ਰਿਲੀਜ਼ ਹੋਣਾ ਸੀਗਾ, ਅਤੇ ਵੀ ਇਹ ਲੀਕ ਹੋਇਆ ਗਾਣਾ, ਅਤੇ ਜਦੋਂ ਬੱਚੇ ਨੇ ਮਾਫ਼ੀ ਮੰਗ ਲਈ ਅਸੀਂ ਵੀ ਉਹਨਾਂ ਦੇ ਮਾਫ਼ੀ ਮੰਗਦੇ ਹਾਂ, ਅੱਗੇ ਤੋਂ ਕੋਈ ਅਜਿਹਾ ਕੰਮ ਨਹੀਂ ਹੋਊਗਾ। ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੋਗੇ? ਬਸ ਸੰਗਤ ਨੂੰ ਇਹ ਕਹਾਂਗੇ ਇਹਨੂੰ ਵਿਵਾਦ ਨਾ ਬਣਾਓ, ਅਤੇ ਵੀ ਅਸੀਂ ਰਿਸਪੈਕਟ ਕਰਦੇ ਹਾਂ ਚਲੋ ਸਾਰਿਆਂ ਦੀ, ਸਿੱਖ ਧਰਮ ਦੀ ਕਰਦੇ ਹਾਂ, ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਅਤੇ ਲੇਕਿਨ ਚਲੋ ਜੇ ਬੱਚੇ ਤੋਂ ਗਲਤੀ ਹੋ ਗਈ ਪਹਿਲਾਂ ਤਾਂ ਉਹਨੇ ਆਪ ਮਾਫ਼ੀ ਮੰਗ ਲਈ, ਅਤੇ ਅਸੀਂ ਵੀ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ ਜੇ ਕੋਈ ਗਲਤੀ ਹੋਊ, ਅੱਗੇ ਤੋਂ ਗਲਤੀ ਨਹੀਂ ਹੋਊਗੀ। ਇਸ ਦੂਜੇ ਪਾਸੇ ਇਸ ਮਾਮਲੇ 'ਤੇ ਲੱਖਾ ਸਿਧਾਣਾ ਨੇ ਆਪਣਾ ਪੱਖ ਰੱਖਦਿਆਂ ਸਫਾਈ ਦਿੱਤੀ ਹੈ ਕਿ ਉਸਨੂੰ ਇਸ ਮਾਮਲੇ 'ਚ ਜਾਣ ਬੁੱਝ ਕੇ ਸਾਜਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ। ਦੇਖੋ ਬਾਈ ਜੀ, ਇਹ ਤਾਂ ਬੜਾ ਕੁਛ ਹੁੰਦਾ ਇਹਨਾਂ ਮਾਮਲਿਆਂ ਦੇ ਵਿੱਚ, ਤੁਸੀਂ ਉੱਥੇ ਮੌਜੂਦ ਹੋ, ਇਹ ਵੱਖ ਵੱਖ ਹੁਣ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ, ਕਿਸੇ ਨੇ ਕੀ ਕੀਤਾ, ਉਧਰੋਂ ਸਿੱਧੂ ਦੀ ਮਾਤਾ ਦੀ ਵੀਡੀਓ ਬਣਾ ਲਈ, ਉਧਰੋਂ ਮੇਰੀ ਆਵਾਜ਼ ਕਰਕੇ ਕੱਟ ਕੇ ਐਡਿਟ ਕਰਕੇ ਪਾ ਤੀ ਕਿ ਲੱਖਾ ਮਾਫ਼ੀ ਮੰਗਾ ਰਿਹਾ। ਤੁਸੀਂ ਉੱਥੇ ਮੌਕੇ ਤੇ ਮੌਜੂਦ ਆ, ਨਾ ਅਸੀਂ ਕਿਸੇ ਨੂੰ ਬੰਦਕ ਬਣਾਇਆ, ਨਾ ਅਸੀਂ ਕਿਸੇ ਨਾਲ ਗੱਲ ਕੀਤੀ ਆ, ਨਾ ਕਿਸੇ ਤੋਂ ਮਾਫ਼ੀ ਮੰਗਾਈ ਆ, ਪਰ ਮਸਲੇ ਨੂੰ ਹੋਰ ਤੂੜ ਦਿੱਤੀ ਜਾ ਰਹੀ ਹੈ, ਮਸਲਾ ਜਿੱਧਰ ਨੂੰ ਇਹਨੂੰ ਉਲਝਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਖਾਸ ਕਰਕੇ ਸੋਸ਼ਲ ਮੀਡੀਆ 'ਤੇ ਰੱਖ ਲਓ ਜਾਂ ਹੋਰ ਰੱਖ ਲਓ। ਸੋ ਉਹਨਾਂ ਨੇ, ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਮਾਤਾ ਵੱਲੋਂ ਦਰਖਾਸਤ ਵੀ ਦਿੱਤੀ ਗਈ ਹੈ ਥਾਣੇ ਦੇ ਵਿੱਚ ਕਿ ਇਹਦੇ ਪਰਚਾ ਦਰਜ ਹੋਣਾ ਚਾਹੀਦਾ ਕਿ ਇਹਨਾਂ ਨੇ ਸਾਨੂੰ ਬੰਦਕ ਬਣਾ ਕੇ ਰੱਖਿਆ। ਸੋ ਇਹ ਜੀ ਕੋਈ ਗੱਲਬਾਤ ਨਹੀਂ, ਨਾ ਅਸੀਂ ਬੰਦਕ ਬਣਾਉਣ ਗਏ ਸੀ, ਨਾ ਸਾਡਾ ਇਰਾਦਾ ਸੀ, ਸਾਨੂੰ ਇਹ ਪਤਾ ਲੱਗਿਆ ਸੀ ਕਿ ਸਿੱਧੂ ਘਰੇ ਆ, ਉੱਥੇ ਹੋਰ ਸਿੱਖ ਜਥੇਬੰਦੀਆਂ ਵੀ ਨਾਲ ਸੀ, ਸਾਡਾ ਮਕਸਦ ਸੀਗਾ ਵੀ ਚਲੋ ਉਸ ਬੰਦੇ ਨਾਲ ਬੈਠ ਕੇ ਗੱਲ ਤਾਂ ਕਰਕੇ, ਕਿਉਂਕਿ ਦੂਜੀ ਵਾਰੀ ਹੋ ਗਿਆ, ਪਹਿਲਾਂ ਵੀ ਇੱਕ ਗੀਤ 'ਤੇ ਵਿਵਾਦ ਉੱਠਿਆ ਸੀ, ਸੰਤਾਲੀਆਂ ਦਨਾਲੀਆਂ ਲਗਾਉਣ ਰੱਖਦੀ, ਉਦੋਂ ਵਿਵਾਦ ਉੱਠਿਆ, ਆਹ ਦੂਜਾ ਵਿਵਾਦ। ਇਹ ਸਾਰਿਆਂ ਦੀ ਰਾਏ ਇਹ ਸੀ ਕਿ ਵੀ ਯਾਰ ਪੁੱਛ ਕੇ ਇਹਨੂੰ ਬੈਠ ਕੇ ਪੁੱਛਦਾ ਲਓ ਵੀ ਕਾਰਨ ਕੀ ਆ, ਬਾਈ ਕਿਉਂ ਵਾਰ ਵਾਰ ਇਹ ਕਰ ਰਹੇ ਆ। ਉੱਥੇ ਗਏ ਆ, DSP ਕਹਿੰਦਾ ਉੱਥੇ ਫੋਰਸ ਲੱਗੀ ਹੋਈ ਆ, DSP ਕਹਿੰਦਾ ਵੀ ਸਿੱਧੂ ਘਰੇ ਨਹੀਂ ਆ, ਅਸੀਂ ਖਾਲੀ ਮਾਂ ਨਾਲ ਗੱਲ ਕਰਾ ਦਿਓ, ਉਹ ਕਹਿੰਦੇ ਮਾਂ ਗੱਲ ਨਹੀਂ ਕਰਨਾ ਚਾਹੁੰਦੇ, ਇੰਨੀ ਗੱਲ ਹੋਈ ਅਸੀਂ ਵਾਪਸ ਆ ਗਏ ਹਾਂ, ਅਸੀਂ ਥਾਣੇ ਮੁਹਰੇ ਆਏ ਹਾਂ, ਥਾਣੇ ਮੁਹਰੇ ਮੈਨੂੰ ਤੁਹਾਡੇ ਕਿਸੇ ਪੱਤਰਕਾਰ ਭਾਈ ਨੇ ਮੈਨੂੰ ਦੱਸਿਆ ਸੀਗਾ ਕਿ ਉਹਨੇ ਮਾਫ਼ੀ ਮੰਗ ਲਈ। ਸੋ ਉਹ ਵੀ ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਉਹਨੇ ਮਾਫ਼ੀ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਮੰਗ ਲਈ। ਸੋ ਇੰਨਾ ਕੁ ਵੀਰ ਮਸਲਾ ਇਹਨੂੰ, ਇਹ ਹੁਣ ਪਰ ਕਾਰਨ ਕੀ ਹੁੰਦਾ, ਦੇਖੋ ਨਾ ਇੱਕ ਹੁਣ ਤੁਸੀਂ ਆਖੋ ਸਾਡੇ ਮੀਡੀਆ ਦੇ ਉੱਤੇ, ਸਾਡੇ ਮੀਡੀਆ ਨੂੰ ਦਿੰਦੀ ਜਾਂਦਾ, ਐਲੀ ਮਾਂਗਟ ਅਤੇ ਰਮੀ ਰੰਧਾਵੇ ਦਾ ਵਿਵਾਦ ਚੱਲਿਆ, ਚੱਕ ਲਓ ਧਰ ਲਓ ਦਸ ਦਿਨ ਹੁੰਦੀ ਰਹੀ ਮੀਡੀਆ 'ਤੇ, ਹੈ ਨਾ, ਫਿਰ ਵਿਵਾਦ ਚੱਲਿਆ ਕਿ ਆਪਣਾ ਮੂਸੇਵਾਲਾ ਆ ਗਿਆ, ਹੁਣ ਗੁਰਦਾਸ ਮਾਨ ਵਾਲਾ ਆ ਗਿਆ, ਕਿੰਨੇ ਮਸਲੇ ਨੇ ਵੀਰ ਪੰਜਾਬ ਦੇ ਆਪਾਂ ਦੇਖ ਰਹੇ ਹਾਂ। ਆਹ ਬਹੁਤ ਗੰਭੀਰ ਮਸਲਾ ਹੈ ਜਿਹੜਾ ਅੱਜ ਆਪਾਂ ਮਾਨਸਾ ਦੇ ਵਿੱਚ ਖੜੇ ਹਾਂ, ਆਪਾਂ ਦੇਖਿਆ ਕਿ 15 ਦਿਨਾਂ ਦੇ ਵਿੱਚ 7 ਨੌਜਵਾਨ ਇਨਸਾਨ ਜਿਹੜੇ ਮਾਰੇ ਗਏ ਪਸ਼ੂਆਂ ਦੇ ਨਾਲ, ਐਕਸੀਡੈਂਟ ਹੋ ਗਏ ਜਾਂ ਟੱਕਰਾਂ ਮਾਰ ਕੇ ਮਾਰਤੇ ਪਸ਼ੂਆਂ ਨੇ, ਇਹ ਬੜਾ ਗੰਭੀਰ ਮਸਲਾ ਹੈ ਪੂਰੇ ਪੰਜਾਬ ਦਾ ਮਸਲਾ, ਇਹਨੂੰ ਮੀਡੀਆ ਬਹੁਤ ਘੱਟ ਕਵਰੇਜ ਕਰਦਾ।
ਪੰਜਾਬ ਦੇ ਕਿਸਾਨ ਖੁਦਕੁਸ਼ੀ ਕਰਦੇ ਆ, ਉੱਥੇ ਨੀ ਕੋਈ ਜਾ ਕੇ ਘਰਾਂ ਦੀ ਸਾਰ ਲੈਂਦਾ। ਪੰਜਾਬ ਦੇ ਜਿਹੜੇ ਨੌਜਵਾਨ ਨੇ ਚਿੱਟੇ ਪੀਪੀ ਮਰ ਰਹੇ ਨੇ, ਉੱਥੇ ਨੀ ਕੋਈ ਗੱਲ ਕਰ ਰਿਹਾ। ਹਨਾ, ਪਤਾ ਨੀ ਮੀਡੀਆ ਨੂੰ ਵੀ ਕੋਈ TRP ਦਾ ਹੈਗਾ ਚੱਕਰ ਜਾਂ ਕੀ ਕਹਾਣੀ ਹੈ, ਪਤਾ ਨੀ ਇਸ ਤਰ੍ਹਾਂ ਦੀਆਂ ਮਸਾਲੇ ਵਾਲੀਆਂ ਜਾਂ ਭੜਕਾਉਣ ਵਾਲੀਆਂ ਲਾ ਲਾ। ਹੁਣ ਉੱਥੇ ਹੈਡਿੰਗ ਪਤਾ ਕੀ ਲਾਈ ਤੁਹਾਡੇ ਮੀਡੀਆ ਨੇ, ਲੱਖੇ ਸਧਾਣੇ ਨੇ ਘੇਰਿਆ ਮੂਸੇ ਦਾ, ਸਿੱਧੂ ਮੂਸੇ ਵਾਲੇ ਦਾ ਘਰ, ਉਹਨੂੰ ਐ ਬਣਾ ਦਿੰਦੇ ਜੀ ਪਤਾ ਨੀ ਉੱਥੇ ਕੀ ਹੋਣ ਵਾਲਾ। ਹਨਾ, ਸੋ ਇਹ ਮੈਂ ਕਹਿੰਦਾ ਕਿ ਤੁਹਾਡੇ ਮੀਡੀਆ ਨੂੰ ਵੀ ਮੈਂ ਇਹੀ ਨਸੀਹਤ ਦਿਊਂਗਾ ਵੀ ਯਾਰ ਚੰਗਾ ਵੀ ਹੈਗਾ, ਮੈਂ ਸਾਰਾ ਨਹੀਂ ਕਹਿੰਦਾ ਮਾੜਾ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੈਗੀਆਂ, ਕਿ ਯਾਰ ਤੁਹਾਨੂੰ ਬਣਦੀ ਆਪਣੀ ਜ਼ਿੰਮੇਵਾਰੀ ਅੱਜ ਸਮਾਜ ਪ੍ਰਤੀ ਨਿਭਾਉਣੀ ਚਾਹੀਦੀ। ਇਸ ਮਾਮਲੇ ਦੇ ਸਾਡੇ ਸਹਿਯੋਗੀ ਪੱਤਰਕਾਰ ਕੁਲਦੀਪ ਸਿੰਘ ਨੇ ਸਬ ਇੰਸਪੈਕਟਰ ਅਮਰਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ, ਤਾਂ ਕੀ ਕਹਿਣਾ ਸਬ ਇੰਸਪੈਕਟਰ ਦਾ ਤੁਸੀਂ ਵੀ ਸੁਣੋ। ਅਮਰਜੀਤ ਜੀ, ਜਿਹੜੀ ਇਹ ਸਿੱਧੂ ਮੂਸੇਵਾਲੇ ਦੀ ਮਾਂ ਨੇ ਜਿਹੜੀ ਸ਼ਿਕਾਇਤ ਦਰਜ ਕਰਵਾਈ ਆ ਲੱਖਾਂ ਸਧਾਣੇ ਤੇ, ਕੀ ਹੈ ਜੀ ਪੂਰਾ ਮਾਮਲਾ? ਉਹਦੇ ਮੁੰਡੇ ਨੇ ਕੋਈ ਗਾਣਾ ਤਿਆਰ ਕੀਤਾ ਸੀਗਾ, ਉਹਦੀ ਤਿਆਰੀ ਕਰੀ ਜਾਂਦਾ ਸੀ ਜੀ, ਉਹ ਕਿਤੇ ਲੀਕ ਲੂਕ ਹੋ ਗਈ ਕਿਤੋਂ ਜੀ, ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਕਹਿੰਦੇ ਸਾਡਾ ਗਾਣਾ ਸੀਗਾ ਲੀਕ ਹੋ ਗਿਆ, ਹੋ ਗਿਆ ਕਿਸੇ ਨੇ ਲੀਕ ਕਰ ਲਿਆ, ਤੇ ਉਹਦੇ ਬਾਅਦ ਸੋਸ਼ਲ ਮੀਡੀਆ ਤੇ ਪਾਤਾ ਜੀ। ਕੁਝ ਜਥੇਬੰਦੀ ਉਹਨੇ ਘਰੇ ਆਈਆਂ ਸੀਗੀਆਂ ਤੇ ਉਹਨੇ ਮਾਫ਼ੀ ਮੰਗ ਲਈ ਸੀ ਸਿੱਧੂ ਮੂਸੇਵਾਲਾ ਖਿਲਾਫ SGPC ਨੇ ਕਰੜਾ ਰੁੱਖ ਅਪਣਾਉਂਦੇ ਹੋਏ ਉਸਦੇ ਖਿਲਾਫ਼ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਹੈ। SGPC ਦੇ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਮੂਸੇਵਾਲਾ ਨੂੰ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮਾਈ ਭਾਗੋ ਦੀ ਤੁਲਨਾ ਕੀਤੇ ਜਾਣ ਤੇ ਸਿੱਖਾਂ 'ਚ ਭਾਰੀ ਰੋਸ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।